ਤੇ ਮਿੰਟੂ ਜੇ ਆਪਾਂ ਖਬਰਾਂ ਦੀ ਸ਼ੁਰੂਆਤ ਕਰੀਏ ਵੈਸੇ ਕਰਦੇ ਰਹਿਣਾ ਹੈ ਰੋ ਆਪਾਂ ਚਲੋ ਠੀਕ ਕਰਕੇ ਵੱਖਰੇ ਵੱਖਰੇ ਵਿਸ਼ਿਆਂ ਦੇ ਉੱਤੇ ਪਰ ਬਹੁਤ ਸਾਰੇ ਇਸ਼ੂ ਆਪਣੇ ਕੋਲੇ ਜਿਹੜੇ ਆਫਲਾਈਨ ਵੀ ਆ ਜਾਂਦੇ ਕਈ ਈਮੇਲ ਜ਼ਰੀਏ ਆ ਜਾਂਦੇ ਕੁਝ WhatsApp ਜ਼ਰੀਏ ਆ ਜਾਂਦੇ ਆ ਇੱਕ ਸੱਜਣ ਸੀਗੇ ਜੀ ਉਹਨਾਂ ਨੇ WhatsApp ਜ਼ਰੀਏ ਭੇਜਿਆ ਕਿ ਜੀ ਮਾਫ ਕਰਨਾ ਈਮੇਲ ਉਹਨਾਂ ਦੀ ਆਈ ਸੀਗੀ ਉਹਨਾਂ ਨੇ ਇਸ਼ੂ ਦੱਸਿਆ ਕਰਨ ਕਿ ਬਈ ਦੇ ਉੱਤੇ ਗੱਲਬਾਤ ਹੋਣੀ ਬਹੁਤ ਲਾਜ਼ਮੀ ਹੈ ਉਹ ਆ ਗਾਂ ਤੁਹਾਡੇ ਕੋਲ WhatsApp ਪਰ ਆਈ ਹੈ ਹਾਂ ਜੀ ਈਮੇਲ ਆ ਗਈ ਤਾਂ ਟੈਕਨੀਕਲ ਟੀਮ ਨੇ WhatsApp ਕਰ ਦਿੱਤਾ ਹਾਂ ਉਹਨਾਂ ਨੇ ਚੱਕ ਕੇ ਇਹੀ ਚੱਲਦਾ ਜੀ ਜੀ ਬਿਲਕੁਲ ਬਿਲਕੁਲ ਤਾਂ ਉਹ ਕਹਿੰ ਪਾਸਪੋਰਟ ਦੇ ਵਿੱਚ ਬੜਾ ਲੋਚਾ ਚੱਲ ਰਿਹਾ ਹੈਗਾ ਜੇ ਅਸੀਂ ਡੇਟ ਅਪਲਾਈ ਕਰਨੀ ਆਨਲਾਈਨ ਪਿਛਲੇ ਆਉਣ ਵਾਲੇ 2-3 ਮਹੀਨੇ ਲਈ ਕਹਿੰਦੇ ਕੋਈ ਡੇਟ ਨਹੀਂ ਹੈਗੀ 3 ਮਹੀਨੇ ਡਾ ਨਹੀਂ ਦਿੰਦੇ ਪਾਸਪੋਰਟ ਆਫਿਸ ਵਾਲੇ ਕਿੰਨਾ ਗਿਣਾ ਬਈ ਬੁਕਿੰਗਾ 4 ਮਹੀਨੇ ਬਾਅਦ ਆ ਕੇ ਕਰਾ ਲਿਓ ਜਾਂ 5 ਮਹੀਨੇ ਦੀ ਡੇਟ ਪੈ ਗਈ ਅੱਗੇ ਲੈ ਲਓ ਕੋਈ ਗੱਲ ਨਹੀਂ ਤੇ ਜੇ ਕਹਿੰਦੇ ਕਿ ਬਈ ਗੁੱਠੀ ਲਈ ਨੇ 5000 ਦੀ ਤਾਂ ਕਹਿੰਦੇ ਬਈ ਆਜੋ ਠਾ ਕਰਕੇ ਆਜੋ ਕਹਿੰਦੇ ਕਿ ਮੇਰੇ ਤੋਂ ਵੀ ਪੈਸੇ ਮੰਗੇ ਗਏ ਹੈਗੇ ਖਾਸ ਕਰਕੇ ਉਹਨਾਂ ਨੇ ਅੰਮ੍ਰਿਤਸਰ ਦਾ ਜ਼ਿਕਰ ਕੀਤਾ ਕਹਿੰਦੇ ਕਿ ਬਈ ਅੰਮ੍ਰਿਤਸਰ ਹੈ ਕੰਮ ਕਾਸੀਂ ਇੱਕ ਦਿਨ ਅੱਗੇ ਵੀ ਇਹਦੇ ਤੇ ਗੱਲ ਤੇ ਔਜਲਾ ਸਾਹਿਬ ਜਿਹੜੇ ਮੈਂਬਰ ਪਾਰਲੀਮੈਂਟ ਆ ਉਹਨਾਂ ਨੇ ਤਾਂ ਔਨ ਰਿਕਾਰਡ ਇਹਦੇ ਤੇ ਹਾਲ ਪਾ ਰਿਆ ਕੀਤੀ ਆ ਕਿ ਇੱਥੇ ਬਹੁਤ ਲੁੱਟ ਹੋਣ ਈ ਆ ਜੀ ਸੋ ਗੱਲ ਇਹ ਆ ਕਿ ਅੱਜ ਦੇ ਦੌਰ ਤੇ ਵਿੱਚ ਵੀ ਇੰਨੀ ਜ਼ਿਆਦਾ ਅ ਪਿਛਲੇ ਮਹੀਨੇ ਅਸੀਂ ਵੀ ਦੇਖਿਆ ਜੀ ਸਾਡੇ ਲਾਗਲੇ ਸੱਜਣ ਨੇ ਅਪੁਆਇੰਟਮੈਂਟ ਲੈਣੀ ਸੀਗੀ ਜੀ ਤਾਂ ਅਪ੍ਰੈਲ ਦੇ ਵਿੱਚੋਂ ਜਦੋਂ ਉਹਨਾਂ ਨੇ ਜਾ ਕੇ ਉਹ ਚੁਣੀ ਸੀਗੀ ਡੇਟ ਤਾਂ ਉਹਨਾਂ ਨੂੰ ਜੁਲਾਈ ਉਹਨਾਂ ਦੇ ਕੋਲ ਜਿਹੜਾ ਆਪਸ਼ਨ ਸੀ ਜੁਲਾਈ ਦਾ ਸੀਗਾ ਜੀ ਜਿਹੜੇ 2-3 ਆਪਸ਼ਨ ਆਉਂਦੇ ਨੇ ਜੀ ਤਾਂ ਹਿਸਾਬ ਲਾ ਲਓ April ਦੇ ਵਿੱਚ ਤੁਸੀਂ ਚੁੰਨੀ ਆ ਡੇਟ ਫਿਰ ਜੁਲਾਈ ਦੇ ਵਿੱਚ ਮਿਲੇਗੀ ਤੁਹਾਨੂੰ ਜੀ ਤੇ ਜੇ ਕੋਈ ਕਾਨੂੰਨੀ ਪਚੜਾ ਫਸ ਗਿਆ ਤਾਂ ਮਤਲਬ ਕਿ ਸਾਲ ਬੰਨੇ ਆ ਫਿਰ ਜੀ ਇੱਥੇ ਆ ਹੀ ਹੈ ਨਾ ਜੀ ਸਾਲ 6 ਮਹੀਨੇ ਤੁਹਾਡੇ ਪਾਰ ਆ ਜੀ ਤਾਂ ਗੱਲ ਇਹ ਆ ਕਿ ਹੁਣ ਜਦੋਂ ਇਸ ਤਰ੍ਹਾਂ ਦੀ ਖੱਜਲ ਖਵਾਰੀ ਹੁੰਦੀ ਆ ਜੀ ਤਾਂ ਫਿਰ ਜਿਹੜੇ ਏਜੰਟ ਹੁੰਦੇ ਜਿਨ੍ਹਾਂ ਦੀਆਂ ਸੈਟਿੰਗਾਂ ਹੁੰਦੀਆਂ ਤਾਂ ਉਹ ਆ ਜਾਂਦੇ ਆ ਜੀ ਤੇ ਸੈਟਿੰਗ ਬਾਹਰ ਵੀ ਹੋ ਜਾਂਦੀ ਸੈਟਿੰਗ ਅੰਦਰ ਵੀ ਹੋ ਜਾਂਦੀ ਆ ਉਹ ਸੈਟਿੰਗਾਂ ਵਾਲੇ ਐਸਾ ਮਾਮਲਾ ਸੈੱਟ ਕਰਦੇ ਆ ਕਿ ਜਿਹਨੂੰ ਆਪਣੇ ਵਰਗੇ ਨੂੰ ਜ਼ਰੂਰਤ ਹੁੰਦੀ ਹੈ ਕਿ ਭਾਈ ਤਤਕਾਲ ਜਾਣਾ ਆ ਬਹੁਤ ਜ਼ਰੂਰੀ ਹੈ ਜਾਂ ਕੁਸ਼ੂਰ ਮੁੱਦੇ ਹੁੰਦੇ ਨੇ ਜਿਦਾ ਵੇਜ਼ੇ ਨੂੰ ਲੈ ਕੇ ਜਾਂ ਗਾਕੋਰਸਾ ਨੂੰ ਲੈ ਕੇ ਤਾਂ ਫਿਰ ਉਹ ਸ਼ਿਕਾਰ ਲੱਭ ਲੈਂਦੇ ਆ ਆਸਾਨੀ ਦੇ ਨਾਲ ਜੀ ਤੇ ਸ਼ਿਕਾਰ ਤੇ ਆਪ ਹੀ ਚਲੇ ਜਾਂਦਾ ਕਿ ਹਲਾਲ ਕਰ ਲਾ ਭਾਈ ਮੈਨੂੰ ਮੈਂ ਮਰਿਆ ਪਿਆ ਜੀ ਤਾਂ ਇਹਦਾ ਮਤਲਬ ਹੈ ਕਿ ਕਰਾਪਸ਼ਨ ਅੱਜ ਅਖਬਾਰ 'ਚ ਇਸ਼ਤਿਹਾਰ ਵੇਖਿਆ ਤੁਸੀਂ ਭ੍ਰਸ਼ਟਾਚਾਰ ਮੁਕਤ ਭਾਰਤ ਉਹ ਨਹੀਂ ਪੰਜਾਬ ਸੌਰੀ ਪੰਜਾਬ 300 ਦਾ ਇੱਕ ਅੰਕੜਾ ਇਹ ਵੀ ਦਿੱਤਾ ਹੈ ਮਾਨ ਸਾਹਿਬ ਨੇ ਉਹੀ ਉਹਦੀ ਉਹਨਾਂ ਦੀ ਗੱਲ ਕਰ ਰਹੇ ਹਾਂ ਆਹੋ ਜੀ ਸਾਰੇ ਨਿਊਜ਼ਪੇਪਰਾਂ 'ਤੇ ਉਹ ਮਤਲਬ ਖਟਾ ਨਹੀਂ ਲਾਇਆ ਇਸ਼ਤਿਹਾਰ ਜੀ ਦੀ ਗੱਲ ਕਰਦੇ ਹੋ ਆਹੋ ਜੀ ਬਿਲਕੁਲ ਰੰਗ ਬਰੰਗਾ ਜਿਹਾ ਜੀ ਤੇ ਤੁਸੀਂ ਦੇਖੋ ਕਿ ਤੁਸੀਂ ਕਹਿ ਰਹੇ ਹੋ ਕਿ ਬਾਈ ਕਰਾਪਸ਼ਨ ਫਰੀ ਪੰਜਾਬ ਜੀ ਤੁਹਾਡੇ ਤੇ ਪਾਸਪੋਰਟ ਦਫਤਰ ਵੀ ਕ腐ਸ਼ਨ ਦੇ ਘੇਰੇ ਚ ਆਏ ਬੈਠੇ ਨੇ ਜੀ ਮਤਲਬ ਕਿ ਆ ਦੇਖੋ ਕੋਈ ਇੱਕ ਬੰਦਾ ਰੌਲਾ ਨਹੀਂ ਪਾ ਰਿਆ ਜੀ ਅੱਗੇ ਬਹੁਤ ਸਾਰੇ ਲੋਕਾਂ ਨੇ ਇਹ ਰੌਲਾ ਪਾਇਆ ਵਾ ਜੀ ਤੇ ਇਹਦੇ ਤੇ ਜ਼ਰੂਰ ਜਾਂਚ ਪੜਤਾਲ ਪਹਿਲਾਂ ਤਾਂ ਕੋਈ ਖੁਫੀਆ ਤੌਰ ਤੇ ਉੱਥੇ ਆਪਣੇ ਬੰਦੇ ਭੇਜੋ ਦੋ ਬੰਦਿਆਂ ਦਾ ਕੰਮ ਹੈ ਮਾਨ ਸਾਹਿਬ ਬੰਦੇ ਦੋ ਚਲੇ ਜਾਣ ਉੱਥੇ ਐਵੇਂ ਉਹ ਜਿਹੜਾ ਹੁੰਦਾ ਨਹੀਂ ਇੱਕ ਹੁੰਦਾ ਮੂਮੀ ਜਿਹਾ ਕਾਗਜ਼ ਦੀ ਫਾਈਲ ਕਵਰ ਜਿਹਾ ਹੁੰਦਾ ਹਾਂਜੀ ਉਹਦੇ 'ਚ ਕੋਈ 5-7 ਰੱਦੀ ਦੇ ਕਾਗਜ਼ ਪਾ ਲਓ ਉੱਥੇ ਮਾਰ ਕੇ ਕੱਚ ਜਿਹਦੇ ਖੜਜੋ ਰੋਲਰ ਬਲਪਾਉ ਕਿ ਮਾਰੇ ਗਏ ਲੁੱਟੇ ਗਏ ਯਾਰ ਬੜਾ ਜ਼ਰੂਰੀ ਕੰਮ ਹੈ ਉਹਨਾਂ ਨੇ ਤੁਹਾਨੂੰ ਆਪੇ ਹੀ ਬੌਮ ਫੜ ਕੇ ਖਿੱਚ ਕੇ ਥੱਲੇ ਪਾਸੇ ਲੈ ਜਾਣਾ ਬਰਸੰਦ ਮੈਂ ਸਾਰਾ ਉੱਥੇ ਦੇਖਿਆ ਜਗਾੜ ਜੀ ਥੱਲੇ ਪਾਸੇ ਚਾਹ ਵਾਲੀ ਕੰਟਿਨ ਜੀ ਹੈਗੀ ਇੱਕ ਉੱਥੇ ਲੈ ਜਾਣਗੇ ਤੁਹਾਨੂੰ ਆਪੇ ਉੱਥੇ ਫਿਰ ਸ਼ੁਗਲ ਮੁਗਲ ਕਰ ਲਿਓ ਤੁਸੀਂ ਕਿ ਕੀ ਕੁਝ ਚੱਲਦਾ ਪਿਆ ਤੇ ਮੁੜ ਕੇ ਇਹਨਾਂ ਦੀ ਕਰਕੇ ਨਿਸ਼ਾਨਦੀ ਤੇ ਇਹਨਾਂ ਨੂੰ ਗਿਚਿਓ ਫੜ ਕੇ ਲੈ ਜਾਓ ਜੀ ਤੇ ਫਿਰ ਵੇਖ ਲਓ ਕਿ ਅੰਦਰ ਕਿਹੜੇ-ਕਿਹੜੇ ਆ ਇਹ ਕਿਹੜਾ ਕੰਮ ਆ ਜੀ ਜੇ ਤੁਹਾਡੇ ਮੁਤਾਬਕ ਨਹੀਂ ਤਾਂ ਤੁਸੀਂ ਭਾਰਤ ਸਰਕਾਰ ਨੂੰ ਆਪਣੀ ਖੁਫੀਆ ਰਿਪੋਰਟ ਭੇਜ ਸਕਦੇ ਹੋ ਜੀ ਕੀ ਕੁਝ ਚੱਲ ਰਿਹਾ ਜੀ ਜੀ ਠੀਕ ਹੈ ਨਾ ਜੀ ਇਹ ਤੇ ਕੋਈ ਵੱਡੀ ਖੇਡ ਨਹੀਂ ਹੈ ਅੱਛਾ ਇੱਥੇ ਹੁਣ ਗੱਲ ਇਹ ਆ ਕਿ ਅਸੀਂ ਸਰਕਾਰਾਂ ਨੂੰ ਬਲੇਮ ਨਹੀਂ ਕਰਦੇ ਕਿ ਸਾਰਾ ਕੁਝ ਸਰਕਾਰਾਂ ਗਲਤ ਕਰਦੀਆਂ ਇਹ ਜਿਹੜਾ ਇੱਕ ਨੈਟਵਰਕ ਬਣਿਆ ਹੈ ਕਰਾਪਸ਼ਨ ਦਾ ਜੀ ਇਹ ਬਹੁਤ ਜ਼ਿਆਦਾ ਕਹਿ ਲੁ ਕਿ ਐਸ ਵੇਲੇ ਸਾਡੇ ਨਿਜ਼ਾਮ ਦੀਆਂ ਰਗਾਂ ਦੇ ਵਿੱਚ ਰਚਿਆ ਜੀ ਕਿ ਇਹਨੂੰ ਕੱਢਣਾ ਬਹੁਤ ਔਖਾ ਹੈ ਇਹਨੂੰ ਵੜਣਾ ਬਹੁਤ ਔਖਾ ਹੈ ਜੀ ਮੈਨੂੰ ਖੁਦ ਮੁਹਾਲੀ ਤੋਂ ਇੱਕ ਐਡਵੋਕੇਟ ਸਾਹਿਬ ਨੇ ਫੋਨ ਕੀਤਾ ਬੀਤੇ ਦਿਨੀ ਜੀ ਉਹਨਾਂ ਨੇ ਆਪ ਇਹ ਗੱਲ ਦੱਸੀ ਜੀ ਆ ਜਿਹੜਾ ਅਸਟਾਮ ਮਿਲਦਾ ਹੈ ਆਨਲਾਈਨ ਹਾਂਜੀ ਕਿਉਂਕਿ ਉਹ ਬਹੁਤ ਵੱਡੇ ਹਸਪਤਾਲ ਚੇਨ ਦੇ ਵਿੱਚ ਲੀਗਲ ਐਡਵਾਈਜ਼ਰ ਨੇ ਜੀ ਉਹ ਕਹਿੰਦੇ ਕਿ ਮੈਂ ਖੁਦ ਆਪਣੇ ਅਸਿਸਟੈਂਟ ਨੂੰ ਖੁਦ ਉਹ ਕਹਿੰਦੇ ਮੈਂ ਭੁਗਤ ਪਹੋਗੀਆਂ ਇਸ ਚੀਜ਼ ਦਾ ਉਹ ਕਹਿੰਦੇ ਕਿ ਅਸਿਸਟੈਂਟ ਨੂੰ ਮੈਂ ਭੇਜਿਆ 100 ਵਾਲਾ ਅਸਟਾਮ 170 ਚ ਮਿਲਿਆ ਜੀ ਉਹਦਾ ਕਾਰਨ ਇਹ ਸੀਗਾ ਕਿ 20 ਰੁਪਏ ਜਿਹੜੇ ਸੀ ਉਹ ਲਿਖਾ ਪੱਤਰੀ ਵਾਲੇ ਨੇ ਲੈ ਲਏ 50 ਰੁਪਏ ਖੱਜਲ ਖੁਆਰਤਾ ਤੋਂ ਬਚਾਉਣ ਵਾਲੇ ਨੇ ਮਤਲਬ ਕਿ ਦੇਰੀ ਨਾ ਹੋਵੇ ਤੇ ਉਹਦੇ ਵਿੱਚੋਂ 50 ਰੁਪਏ ਉਹਨੇ ਕੱਢਣੇ ਸੀਗੇ ਤੇ ਜਦੋਂ ਸਾਡੇ ਬੰਦੇ ਨੇ ਮੈਨੂੰ ਦੱਸਿਆ ਕਿ ਇੱਥੇ ਸਰ ਕੰਮ ਤੇ ਹੋ ਜਾਊਗਾ ਰੁਪਈਏ 70 ਵੱਧ ਲੱਗਦੇ ਆ 20 ਇੱਕ ਥਾਂ ਤੇ ਤੇ 50 ਇੱਕ ਥਾਂ ਤੇ ਜੀ ਅਸ਼ਟਾਮ ਹੈਗਾ ਸੌ ਦਾ ਜੀ ਉਹਨੇ ਅਖਾ ਰੌਲਾ ਪਾ ਨਾਲ ਹੀ ਤੇ ਹੈਗਾ ਪ੍ਰਸ਼ਾਸਨ ਦਾ ਕੰਪਲੈਕਸ ਉਧਰ ਵੱਢ ਜਾ ਇਹਨਾਂ ਨੂੰ ਕਦੇ ਦੇਣੇ ਆ ਉਹ ਕਹਿੰਦੇ ਕਿ ਸਾਡਾ ਬੰਦਾ ਉੱਥੇ ਗਿਆ ਉਹਨਾਂ ਕਹੇ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਦੱਸੋ ਜੀ ਦੱਸੋ ਹੁਣ ਸਾਰਿਆਂ ਦੀ ਸਿਟੀ ਰਲੀ ਆ ਜਦ ਨੂੰ ਉੱਥੇ ਘੰਟੀ ਖੜਕ ਗਈ ਵੀ ਤੁਹਾਡੀ ਸ਼ਿਕਾਇਤ ਹੋ ਗਈ ਆ ਉਹ ਜਿਹੜੇ ਦਲਾਲ ਸੀ ਉੱਥੋਂ ਨਿਕਲ ਗਏ ਅਸਾਬ ਲਾਲੋ ਮੋਹੱਲੀ ਦੀ ਗੱਲ ਮੋਹੱਲੀ ਵਰਗੇ ਸ਼ਹਿਰ ਦੇ ਵਿੱਚ ਆ ਕੁਸ਼ ਚੱਲਣ ਰਿਹਾ ਜੀ ਖੁਦ ਐਡਵੋਕੇਟ ਸਾਹਿਬ ਨੇ ਫੋਨ ਕੀਤਾ ਮੈਨੂੰ ਜੀ ਮੈਨੂੰ ਲੱਗਦਾ ਕਿ ਉਹ ਦੁਬਾਰਾ ਪ੍ਰੋਗਰਾਮ ਸੁਣ ਕੇ ਫਿਰ ਸਾਨੂੰ ਕਾਲ ਕਰਨਗੇ ਸ਼ਾਇਦ ਕਿ ਜੀ 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 ਕਿ ਬਿਲਕੁਲ ਜੇ ਕੋਈ ਰਹਿ ਗਈ ਕਮੀ ਪੇਸ਼ੀ ਵੀ ਰੇਟ ਸ਼ੀਟ ਦੇ ਵਿੱਚੋਂ ਸਾਨੂੰ ਕਰੈਕਟ ਵੀ ਕਰ ਦੇਣਗੇ ਹਾਂ ਜੀ ਹਾਂ ਜੀ ਤਾਂ ਇਹ ਜਿਹੜੀ ਸੂਰਤ ਇਹ ਹਾਲ ਬਣੀ ਪਈ ਆ ਸਾਡੇ ਲੋਕਾਂ ਨੂੰ ਇਹ ਸੋਚਣਾ ਪਏਗਾ ਵਿਚਾਰਨਾ ਪਏਗਾ ਜੀ ਵੈਸੇ ਗੱਲ ਇਹ ਐਵੇਂ ਟੂ ਜੀ ਕਿ ਇਹਨਾਂ ਦੀ ਸੈਟਿੰਗ ਦੇਖੋ ਗੱਲ ਇਹ ਚੰਦ ਬੰਦਾਂ ਦੀ ਸੈਟਿੰਗ ਆ ਪੂਰੀ ਆਪਣੇ ਕਹ ਲੋ ਕਿ ਪਬਲਿਕ ਨੂੰ ਅਪਸੈਟ ਕਰ ਦਿੰਦੇ ਆ ਉਹਨੂੰ ਮਤਲਬ ਇਹ ਕਿ ਉਹਨਾਂ ਦਾ ਕੰਮ ਖਰਾਬ ਕਰ ਦਿੰਦੇ ਆ ਕਿਉਂਕਿ ਇਸ ਤਰ੍ਹਾਂ ਦੇ ਬੰਦੇ ਆਗੇ ਕੋ ਗੱਲ ਇਹ ਆ ਕਿ ਸੈਟਿੰਗ ਕੋਈ ਖਰਾਬ ਕਰਦਾ ਜਾਂ ਕੁਝ ਵੀ ਕਰਦਾ ਹੈ ਮਾਨਸਾ ਉਹਦੇ ਚ ਪਰੇਸ਼ਾਨੀ ਕੀ ਹੈ ਕਿ ਇਹ ਤਾਂ ਹੁਣ ਸਾਰਿਆਂ ਨੇ ਕਰਨਾ ਹੈ ਜੀ ਜਿਹੜਾ ਕਰਵਾਉਣ ਵਾਲਾ ਹੈ ਉਹਨੇ ਆਪਣੇ ਪੱਧਰ ਤੋਂ ਦੇਖਣਾ ਹੈ ਕਿ ਯਾਰ ਮੇਰਾ ਟਾਈਮ ਬਚਦਾ ਹੈ ਜਾਂ ਮੇਰੀ ਖੰਜਲ ਖੁਆਰੀ ਬਚਦੀ ਹੈ ਜੀ ਜਿਹੜਾ ਸੀਟ ਤੇ ਬੈਠਾ ਉਹਨੇ ਆਪਣੇ ਪੱਤਰ ਤੇ ਜ਼ੋਰ ਲਾਉਣਾ ਕਿ ਤਨਖਾਹ ਨਾਲ ਕੁਝ ਬਣਦਾ ਨਹੀਂ ਯਾਰ ਉਤਲੀ ਕਮਾਈ ਜੰਨੀ ਹੋ ਸਕਦੀ ਆ ਆ ਕਿਸ਼ਤ ਐਧਰੋਂ ਮੋੜ ਦਊਗਾ ਆ ਟੈਲੀਵਿਜ਼ਨ ਦਾ ਹੀ ਰੀਚਾਰਜ ਕਰਾ ਲੂੰਗਾ ਬੰਟੀ ਦੇ ਕਿਤਾਬਾਂ ਦੇ ਪੈਸੇ ਐਧਰੋਂ ਆ ਜਾਣਗੇ ਉਹਨੇ ਆਪ ਦੀਆਂ ਮਤਲਬ ਕਿ ਕੈਂਚੀਆਂ ਰੱਖੀਆਂ ਮੁੰਨਣ ਵਾਸਤੇ ਜੀ ਸੋ ਸਾਰਿਆਂ ਦਾ ਹੀ ਆਪਾਂ ਸਾਬਕਾਤ ਬਲਾਈਏ ਤੇ ਐਸਾ ਕਿ ਕਈ ਵਾਰ ਬੰਦਾ ਫਸਿਆ ਜਿਹੜਾ ਹੁੰਦਾ ਉਹ ਵੀ ਕਈ ਵਾਰ ਆਦਤਾਂ ਨਾ ਸੀ ਕਰਦੇ ਆ ਨਾ ਕਿ ਭਾਈ ਇਹ ਜ਼ਰੂਰੀ ਆ ਨਹੀਂ ਤੇ ਸਾਡਾ ਕੰਮ ਨਹੀਂ ਹੋਣਾ ਆਦਤ ਬਣੀ ਹੋਈ ਐ ਸਿਸਟਮ ਦੇ ਵਿੱਚ ਰਹਿੰਦੇ ਆ ਕਿ ਯਾਰ ਨਹੀਂ ਤੇ ਸਾਡਾ ਕੰਮ ਸ਼ਾਇਦ ਰੁਕ ਜਾਏਗਾ ਹੂੰ ਇਹ ਵੀ ਗੱਲ ਹੈ ਤਾਂ ਇਹ ਬਹੁਤ ਔਖਾ ਪਰ ਇਸ਼ਤਿਹਾਰਾਂ ਦੇ ਵਿੱਚ ਬਹੁਤ ਸੌਖਾ ਤੁਸੀਂ ਲਿਖਦੇ ਹੋ ਕ腐ਸ਼ਨ ਫਰੀ ਫਿਰ ਜਾ ਕੇ ਬਾਹਰਲੇ ਸੂਬਿਆਂ 'ਚ ਤੁਸੀਂ ਕਹਿ ਦੋ ਕ腐ਸ਼ਨ ਫਰੀ ਕਿਤੇ ਕੋਈ ਕ腐ਸ਼ਨ ਮਤਲਬ ਕਿ ਸਾਡੇ ਇੱਥੇ ਲੱਭਦੀ ਨਹੀਂ ਹੈ ਜੀ ਪਰ ਜੇ ਤੁਸੀਂ ਕ腐ਸ਼ਨ ਲੱਭਣ ਜਾਓਗੇ ਤਾਂ ਕਰਾਪਸ਼ਨ ਤੁਹਾਡੇ ਪੈਰਾਂ ਦੇ ਹੇਠ ਹੀ ਤੁਰੀ ਫਿਰਦੀ ਆ। ਦੂਰ ਕਿਤੇ ਜਾਣ ਦੀ ਜ਼ਰੂਰਤ ਨਹੀਂ। ਬਾਹਲੀ ਦੂਰ ਨਹੀਂ ਜਾਣ ਦੀ ਲੋੜ। ਪੈਰਾਂ ਦੇ ਵਿੱਚ ਹੀ ਰੁਲਦੀ। ਬਿਲਕੁਲ 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 ਜੀ। ਇਧਰੋਂ ਆਪਣਾ ਅਮਰਿਤਪਾਲ ਜੀ ਕਹ ਰਹੇ ਕਿ ਨੇ ਜੀ ਵਿਦੇਸ਼ਾਂ ਦੇ ਵਿੱਚ ਇੰਡੀਅਨ ਐਂਬੈਸੀ ਬਹੁਤ ਬਦਨਾਮ ਆ ਜੀ। ਕਹਿੰਦੇ ਕਿ ਖੁਸ਼ਵੰਤ ਜੀ ਕਹ ਰਹੇ ਵੀਰ ਪਾਸਪੋਰਟ ਦਫ਼ਤਰ ਤੇ ਤੇ 2000 ਪਿੰਡ ਇਨਕੁਆਰੀ ਵਾਲੇ ਮੁਲਾਜ਼ਮ ਨੂੰ ਕਹਿੰਦੇ ਕਿ ਜੀ ਪੱਕਾ ਖਰਚਾ ਬਣ ਗਿਆ ਜੀ ਇਹ ਤਾਂ ਪਾਸਪੋਰਟ ਦਾ ਕਹਿੰਦੇ ਕਿ ਹੁਣ ਜੀ ਇਹ ਕਹਿੰਦੇ। ਗੱਲ ਫੇਰ ਉੱਥੇ ਆ ਜਾਂਦੀ ਆ। ਇਹ ਬੜੀ ਲੰਮੀ ਚੌੜੀ ਡਿਬੇਟ ਹੋ ਜਾਣੀ ਜੀ ਜਿਹੜਾ ਪਾਸਪੋਰਟ ਤੇ ਲੱਗਾ ਮੁਲਾਜ਼ਮ ਦੋ ਹੁੰਦੇ ਨੇ ਮੇਰੇ ਖਿਆਲ ਦੇ ਨਾਲ ਹੁਣ ਥਾਣੇ 'ਚ ਪਹਿਲਾਂ ਇੱਕ ਹੀ ਹੁੰਦਾ ਸੀ ਇੱਕ ਕਿਉਂਕਿ ਉਹ ਬੜੀ ਘੱਟ ਆਉਂਦੇ ਸੀ ਹਾਂਜੀ ਹੁਣ ਥੋੜਾ ਜਿਹਾ ਹੁਣ ਕਸ ਜ਼ਿਆਦਾ ਹੋ ਗਿਆ ਹੁਣ ਤੇ ਇੱਕ ਟੀਮ ਬਣਾਉਣੀ ਪੈਂਦੀ ਆ ਮੰਨ ਲਓ ਉਹਨਾਂ ਨੇ ਹਫਤੇ 'ਚ ਥਾਣੇ ਨੂੰ ਨਿਕਲ ਕੇ 10 20 ਗੀੜੇ ਮਾਰਨੇ ਨੇ ਅਲੱਗ-ਅਲੱਗ ਪਿੰਡ 'ਚ ਕੋਈ ਪਿੰਡ 5 ਕਿਲੋਮੀਟਰ ਐ ਕੋਈ 15 ਐ ਕੋਈ 20 ਐ ਹੁਣ ਹਰੇਕ ਮੁਲਾਜ਼ਮ ਕੋਲ ਘੱਟੋ-ਘੱਟ ਜੈਨ ਆਲਟੋ ਗੱਡੀ ਤੇ ਹੈਗੀ ਆ ਨਾ ਹਗੀਆ ਨਾ ਇੱਥੋਂ ਸ਼ੁਰੂ ਹੋ ਜਾਓ ਜੇ ਜਨਰਲ ਕੋ ਨਹੀਂ ਹੂ ਤਾਂ ਬੋਲਟ ਹੂ ਉਹਦੀ ਡਿਊਟੀ ਹੈ ਹਫਤੇ ਚ ਉਹਨੇ 8 10 ਮਤਲਬ ਕਿ ਜੋ ਵੀ ਆਈਆਂ ਨੇ ਵੈਰੀਫਿਕੇਸ਼ਨ ਆ ਉਹਨੇ ਕਰਵਾਉਣੀਆਂ ਨੇ ਉਹਦਾ ਸਫਰ ਜਿਹੜਾ ਐਵਰੇਜ ਲਾ ਲਓ ਕਿ 2 250 ਕਿਲੋਮੀਟਰ ਹੈ ਤਾਂ ਦੱਸੋ ਹੁਣ ਉਹਨੂੰ ਐਕਸਟਰਾ ਪੈਟਰੋਲ ਮਿਲੇਗਾ ਜਿਹੜਾ ਥਾਣੇ ਚ ਬਿਲਕੁਲ ਕੁਰਸੀ ਤੇ ਬੈਠਾ ਹੈ ਮੁੰਚੀ ਹੈ ਮੁੰਚੀ ਸਾਹਿਬ ਹੈ ਤਨਖਾਹ ਉਹਦੀ ਵੀ ਬਰਾਬਰ ਹੋਏਗੀ ਹੋ ਸਕਦਾ ਉਹਦੀ ਵੀ ਬਰਾਬਰ ਹੋਏਗੀ ਹਾਂਜੀ ਉਹ ਥਾਣੇੋਂ ਬਾਹਰ ਨਹੀਂ ਨਿਕਲ ਰਿਹਾ ਇੱਕ ਥਾਣੇ ਬਾੜੀ ਨਹੀਂ ਰਿਹਾ ਤਾਂ ਫਿਰ ਉਹ ਕੀ ਕਰੇਗਾ ਬਿਲਕੁਲ ਫਿਰ ਉਹ ਕੀ ਕਰੇਗਾ ਉਹ ਇਹੀ ਕਰੇਗਾ ਜਾਏਗਾ ਤੇ ਤੁਹਾਨੂੰ ਕਹੇਗਾ ਕਿ ਵੇਲੇ ਸਾਰਾ ਆ ਗਏ ਆ ਵੇਲੇ ਸਰ ਪਹੁੰਚਾ ਦੇਾਂਗੇ ਭਾਈ ਗੱਲ ਇਹ ਆ ਕਿ ਖਰਚਾ ਦੇ ਦਿਓ ਬਿਲਕੁਲ ਤੋ ਕਹਿੰਦਾ ਨਹੀਂ ਮਜਬੂਰੀ ਬਣ ਗਈ ਉਹ ਜਾਣਾ ਪਊ ਆ ਆਈਪੈਡ ਲੈ ਕੇ ਕੀ ਉਹਨੂੰ ਬੋਲ ਦੇ ਸਮਝਾ ਕਰਾਪਸ਼ਨ ਸ਼ੁਰੂ ਕਿੱਥੋਂ ਹੋਈ ਕਰਾਪਸ਼ਨ ਸ਼ੁਰੂ ਹੋਈ ਨਿਜ਼ਾਮ ਦੇ ਹੱਥੋਂ ਜੀ ਕਿ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੇ ਪ੍ਰਬੰਧ ਨਹੀਂ ਹੈਗੇ ਜੀ ਕੋਈ ਇਸ ਤਰ੍ਹਾਂ ਦੇ ਪ੍ਰਬੰਧ ਨਹੀਂ ਹੈਗੇ ਹੌਲੀ ਹੌਲੀ ਚਲੋ ਚੀਜ਼ਾਂ ਜਿਹੜੀਆਂ ਨੇ ਉਹ ਤਕਨੀਕੀ ਪੱਖ ਤੋਂ ਆਪਾਂ ਜੇ ਦੇਖਾਂਗੇ ਤਾਂ ਬਹੁਤ ਅੱਗੇ ਚਲੇ ਜਾਣਗੀਆਂ ਜਦੋਂ ਜੀ ਬਿਲਕੁਲ ਬਿਲਕੁਲ ਤਕਨੀਕੀ ਤੌਰ ਤੇ ਕ੍ਰਾਂਤੀ ਹੋਏਗੀ ਤਾਂ ਇਹ ਚੀਜ਼ਾਂ ਤੋਂ ਸ਼ਾਇਦ ਹੋ ਸਕਦਾ ਬਚਾਅ ਹੋ ਜਾਵੇ ਪਰ ਰੌਲਾ ਇਹ ਹੈ ਕਿ ਅਸੀਂ ਦੂਸਰਾ ਪੱਖ ਨਹੀਂ ਦੇਖਦੇ ਜੀ ਇੱਕ ਪੱਖ ਤਾਂ ਦੇਖ ਰਹੇ ਹਾਂ ਜੀ ਪਰ ਫਿਰ ਵੀ 2000 ਰੁਪਏ ਬਹੁਤ ਜ਼ਿਆਦਾ ਹੈ ਜੀ ਰਿਸ਼ਵਤ ਦਾ ਤਾਂ ਮੈਂ ਇਹ ਨਹੀਂ ਕਹਿੰਦਾ ਕਿ ਰਿਸ਼ਵਤ ਨੂੰ ਜਸਟੀਫਾਇਬਲ ਬਣਾ ਰਿਹਾ ਹਾਂ ਮੈਂ ਕਹ ਰਿਹਾ ਕਿ 2000 ਰੁਪਏ ਤਾਂ ਕਿਸੇ ਵੀ ਹਾਲਤ 'ਚ ਨਜਾਇਜ਼ ਹੈ ਤਾਂ ਕਰ ਰੁਪਈਆ ਵੀ ਨਜਾਇਜ਼ ਹਾਂਜੀ ਪਰ ਜੇ ਉਹਨਾਂ ਦੇ ਪੱਖ ਤੋਂ ਵੀ ਦੇਖੋਗੇ ਤਾਂ ਉਹ ਤੇਲ ਕਿੱਥੋਂ ਲਿਆਉਣ ਗੱਲ ਤਾਂ ਗੱਲ ਤੁਹਾਡੀ ਤੁਸੀਂ ਆਪਣੀ ਗੱਡੀ ਸਰਕਾਰੀ ਦਿਓ ਅਗਲੇ ਨੂੰ ਕਿੰਨੇ ਜਾਣਾ ਬਈਆ ਲੈ ਜਾ ਬਈ ਹਾਂ ਵੀ ਜਿਹੜੇ ਬੰਦੇ ਦੀ ਡਿਊਟੀ ਲਾਉਣੀ ਉਹਨੂੰ ਬਈ ਗੱਡੀ ਦਿਓ ਤੇਲ ਪਾ ਕੇ ਦੋ ਉਹਨੂੰ ਕਹੇ ਜੇ ਤੇਰਾ ਰੁਪਈਆ ਵੀ ਕਿਤੇ ਮੰਗਿਆ ਅੱਗੇ ਆ ਗਿਆ ਤੇ ਮੈਂ ਤੇਰਾ ਥਾਣੇ ਨਾਲ ਬੜੀ ਫਿਰ ਘਰ ਨੂੰ ਜਾਈ ਹਿਸਾਬ ਲਾ ਲਈ ਉਹਦੇ ਤੇ ਖੁਰਲੀ ਤੇ ਦੇਖ ਲਈ ਤੇਰੇ ਘਰ ਕਿੰਨੀਆਂ ਮੱਝਾਂ ਤੇ ਉਹ ਸਾਬ ਨਾਲ ਫੀਡ ਮੰਗਾ ਲਈ ਮੱਝਾਂ ਨੂੰ ਫਿਰ ਨਜ਼ਾਰਾ ਹੀ ਆਵੇ ਤੋਂ ਦਾ ਤੀ ਨਵੀਂ ਲਾਈ ਜੀ ਜੀ ਦਿਨੋਂ 3:30 ਵਸ ਆਪਦੀ ਡਿਊਟੀ ਤੇ ਝੁੱਪ ਪਿਆ ਕਰੀ ਇੱਥੇ ਆਉਣ ਦੀ ਲੋੜ ਨਹੀਂ ਆਗੀ ਜੀ ਫਿਰ ਇਹੀ ਚੀਜ਼ਾਂ ਹੋਣੀਆਂ ਚਾਹੀਦੀਆਂ ਹਾਂਜੀ ਤਾਂ ਗੱਲ ਇਹ ਆ ਕਿ ਨਾ ਇਹਨਾਂ ਨੂੰ ਚੱਜ ਨਾਲ ਉੱਥੇ ਠਾਣਿਆ ਚ ਕਾਗਜ਼ ਮਿਲਦੇ ਆ ਨਾ ਮਸ਼ੀਨਰੀ ਮਿਲਦੀ ਆ ਆਪ ਦਾ ਤੇਲ ਫੂਕਦੇ ਫਿਰਦੇ ਆ ਤਾਂ ਇਹ ਇਹ ਹੁੰਦਾ ਕਿ ਯਾਰ ਅਸੀਂ ਹੁਣ ਆਪਦੇ ਪੱਲੇ ਕੀ ਕਰੀਏ ਜੀ ਤੋਂ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ ਇਹ ਕਰਪਸ਼ਨ ਦਾ ਮੁੱਢ ਹੈ ਜੀ ਹਾਂ ਜੀ ਇਹ ਇਨਾਂ ਨੇ ਨੁਕਤਾ ਸ਼ੋਇਆ ਹੈ ਨਾ ਜੀ ਜੀ ਬਿਲਕੁਲ ਬਿਲਕੁਲ ਜੀ ਬਹੁਤ ਸਾਰੇ ਕਮੈਂਟ ਆ ਗਏ ਵੈਸੇ ਵੀਰੇ ਆਪਾਂ ਨੇ ਤੇ ਪਹਿਲਾਂ ਵੀ ਗੱਲਬਾਤ ਕੀਤੀ ਹੋਈ ਐ ਇਸੇ ਕਰਕੇ ਲੋਕੀ ਜਿਹੜੇ ਉਹ ਅਦਰ ਸਟੇਟਾਂ ਨੂੰ ਜਾਂਦੇ ਆ ਹਰਪ੍ਰੀਤ ਜੀ ਕਹਿ ਰਿਹਾ ਬਿਲਕੁਲ ਗੱਲ ਠੀਕ ਐ ਕੋਈ ਰਾਜਸਥਾਨ ਨੂੰ ਚਲਾ ਜਾਂਦਾ ਕੋਈ ਹਿਮਾਚਲ ਨੂੰ ਚਲਾ ਜਾਂਦਾ ਇਹ ਨਵਦੀਪ ਜੀ ਕਹਿ ਰਹੇ ਡਾਕ ਖਾਨੇ ਦੇ ਵਿੱਚ ਬਣਾਉਣ ਵਾਲਾ ਸੀਗਾ ਜੀ ਪਾਸਪੋਰਟ ਤੋਂ ਸ਼ੁਰੂ ਕਰਨੀ ਸੀ ਇਹਦੇ ਤੇ ਪਹਿਲਾਂ ਵੀ ਆਪਾਂ ਗੱਲਬਾਤ ਕੀਤੀ ਸੀ ਕੋਈ ਵਿਚ ਹੀ ਰੋਕ ਰਲਾ ਬਿਲਕੁਲ ਘਟੋ ਘਟ ਇਹ ਜੀ ਅੱਗੇ ਉਹਨੂੰ ਮਤਲਬ ਕਿ ਖੇਤਰੀ ਪਾਸਪੋਰਟ ਨਾਲ ਜੋੜ ਦਿਓ ਕਿੱਡੀ ਗੱਲ ਐ ਜੀ ਜੇ ਕਰਨਾ ਹੋਵੇ ਜੀ ਗੱਲ ਇਹ ਐ ਕਿ ਤੁਸੀਂ ਮੁਕਸਰ ਨੂੰ ਵੀ ਜੋੜੀ ਖੜੇ ਹੋ ਅਮਰਸਰ ਦੇ ਨਾਲ ਅਮਰਸਰ ਨੂੰ ਵੀ ਅਮਰਸਰ ਦੇ ਨਾਲ ਜੋੜੀ ਖੜੇ ਹੋ ਤੇ ਬਠਿੰਡੇ ਵਾਲਾ ਵੀ ਅਮਰਸਰ ਜਾਊਗਾ ਉਹ ਉਹੀ ਤਾਂ ਗੱਲ ਐ ਨਾ ਕਿ ਭਾਈ ਮਲੋਟ ਵਾਲਾ ਵੀ ਜਾਏਗਾ ਤਾਂ ਇਹ ਆਪਣੇ ਆਪ ਦੇ ਵਿੱਚ ਬੜੀ ਅਜੀਬੋ ਗਰੀਬ ਗੱਲ ਐ ਕਿ ਤੁਸੀਂ ਜ਼ਿਲ੍ਹਾ ਹੈੱਡਕੁਆਟਰਾਂ ਤੇ ਕਾਊਂਟਰ ਖੋਲਦਿਓ ਰਸ਼ ਉੱਥੇ ਕੱਟ ਜਾਏਗਾ ਇਥੋਂ ਸਿੱਧੀ ਉਹਨਾਂ ਦੀ ਆਪਸ ਦੇ ਵਿੱਚ ਚਲਾ ਦਿਓ ਤਾਲਮਿਲ ਕਰਕੇ ਕਿ ਲੋਰ ਹੋਰ ਨਹੀਂ ਤਾਂ ਘਟੂ ਘਟ ਜੂਨਾਂ ਸੇ ਵੰਡ ਕੇ ਚਲਾਉਣ ਵਾਲਾ ਤਿੰਨ ਚਾਰ ਜੂਨ ਜੂਨ ਬਣਾ ਲਓ ਹਾਂਜੀ ਕਿਉਂਕਿ ਮੈਨੂੰ ਲੱਗਦਾ ਭਾਰਤ ਭਰ ਚੋਂ ਦੋ ਤਿੰਨ ਸਟੇਟ ਐ ਜਿੱਥੇ ਪਾਸਪੋਰਟ ਜ਼ਿਆਦਾ ਬਣਦੇ ਆ ਹਾਂਜੀ ਉੱਥੇ ਤੁਸੀਂ ਜ਼ਿਆਦਾ ਬਣਾ ਦਿਓ ਖੇਤਰੀ ਦਫਤਰ ਜ਼ਿਆਦਾ ਬਣਾ ਦਿਓ ਘਟੂ ਘਟ 5-7 ਤੇ ਹੋ ਜਾਣ ਪੰਜਾਬ ਦੇ ਵਿੱਚ ਜਿਹੜਾ ਕਿ 100 100 ਕਿਲੋਮੀਟਰ ਰੇਂਜ ਹੋ ਜਾਵੇ ਉਹਦੇ ਨਾਲ ਕੀ ਐ ਕਿ ਨਾਲੇ ਰਸ਼ ਘਟ ਜੂਗਾ ਜੇ ਰਸ਼ ਘਟੂਗਾ ਤਾਂ ਕਰਪਸ਼ਨ ਵੀ ਘਟ ਚੋਗੀ ਤਾਂ ਮੁੱਦਾ ਸੰਜੀਤਾ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ ਜੀ ਜੀ ਬਿਲਕੁਲ ਬਿਲਕੁਲ ਜੀ ਤੇ ਨਾਲ ਹੀ ਮਿੰਟੂ ਜੀ ਆਪਾਂ ਉਧਰੋਂ ਗੱਲ ਕਰ ਲਈਏ ਪਾਸਪੋਰਟ ਦੇ ਨਾਲ ਫਿਰ ਕੱਲੇ ਪਾਸਪੋਰਟ ਨਾਲ ਤਾਂ ਕੰਮ ਚੱਲਦਾ ਨਹੀਂ گا ਉਹਦੇ ਤੇ ਠਾਪੇ ਵੀ ਲਵਾਉਣੇ ਵਿਜ਼ਾ ਵਿਜ਼ਾ ਹਾਂਜੀ ਹਾਂਜੀ ਹੁਣ ਕਹਿੰਦੇ ਕਿ ਜੀ ਯੂਕੇ ਦਾ ਸਪਾਊਸ ਵੀਜ਼ਾ ਉਹਨੂੰ ਸਟਾਪ ਮਾਰਤਾ ਜੀ ਕਹਿੰਦੇ ਮਾਰ ਦਿੱਤਾ ਜੀ ਨਾਲੇ ਉਹ ਪਿਛਲੇ 1-2 ਦਿਨ ਤੋਂ ਦੇ ਰਹੇ ਸੀਗੇ ਸੰਕੇਤ ਕਿਦਾ ਗੱਡੀ ਨਹੀਂ ਚੱਲਣੀ ਵੈਸੇ ਵੀ ਤੁਸੀਂ ਦੇਖਿਆ ਕਿ ਯੂਕੇ ਐਸ ਵੇਲੇ ਜੀ ਇਹ ਆਰਥਿਕ ਸੰਕਟ ਜਾਂ ਕਹਿ ਲੋ ਕਿ ਸਿਆਸੀ ਅਸਥਿਰਤਾ ਵੀ ਉੱਥੇ ਹੈ ਉਹ ਸਾਰੀਆਂ ਚੀਜ਼ਾਂ ਨੂੰ ਫੇਸ ਕਰ ਰਿਹਾ ਕਿਉਂਕਿ ਯੂਰਪੀਅਨ ਯੂਨੀਅਨ ਚੋਂ ਨਿਕਲ ਆਇਆ ਦੁਬਾਰਤੋਂ ਉਹ ਆਪਣੀ ਰਫਤਾਰ ਫੜਨ ਦਾ ਯਤਨ ਕਰਦਾ ਪਿਆ ਜੀ ਸੋ ਇਸ ਕਰਕੇ ਉੱਥੇ ਕਈ ਸਮੱਸਿਆਵਾਂ ਨੇ ਤਾਂ ਇਸ ਕਰਕੇ ਉਹਨਾਂ ਨੇ ਥੋੜਾ ਜਿਹਾ ਇਸ ਪੱਖ ਤੋਂ ਆਖਿਆ ਕਿ ਚਲੋ ਯਾਰ 4 ਰੁਪਏ ਆਉਣਗੇ ਪੜ੍ਹਾਈ ਲਿਖਾਈ ਦੇ ਮਾਮਲੇ 'ਚ ਜੀ ਤੇ ਇਧਰੋਂ ਆਪਣੇ ਹੁਣ ਸਾਫ਼ ਸਪਸ਼ਟ ਹੈ ਕਿ ਰਿਸ਼ਤੇ ਵੀ ਅੱਜਕੱਲ ਇਹ ਸੇ ਆਧਾਰਤੇ ਹੁੰਦੇ ਆ ਜੀ ਕੁੜੀ ਮੁੰਡਾ ਮੁੰਡਾ ਕੁੜੀ ਇਹ ਸੱਚ ਆ ਕੋਈ ਗੁੱਸੇ ਵਾਲੀ ਗੱਲ ਨਹੀਂ ਹੈਗੀ ਰਿਸ਼ਤੇ ਤੈ ਹੋ ਰਹੇ ਆ ਨਾ ਬੈਂਡ ਬੈਂਡਾਂ ਦੇ ਹਿਸਾਬ ਕਿਤਾਬ ਦੇ ਨਾਲ ਜੀ ਕਿੱਧਰ ਨੂੰ ਜਾਣਾ ਉਸ ਹਿਸਾਬ ਦੇ ਨਾਲ ਖਰਚੇ ਵਿਆਹ ਤੇ ਤੈ ਹੋ ਰਹੇ ਆ ਜੇ ਨਹੀਂ ਤੇ ਮੈਨੂੰ ਦੱਸ ਦਿਓ ਗਲਤ ਕਹਿ ਰਿਹਾ ਹਾਂ ਹਾਂਜੀ ਹਾਂਜੀ ਮੈਂ ਤਾਂ ਕਦੇ ਹੁਣ ਦਿੱਲੀ ਵਾਲੇ 에ਰਪੋਰਟ ਤੱਕ ਵੀ ਨਹੀਂ ਗਿਆ ਪਰ ਆ ਗੱਲਾਂ ਸੁਣਦੇ ਤੇ ਹੈਗੇ ਆ ਸੁਣਦੇ ਕੀ ਆਂਡ ਗਵਾਂਡ ਹੁੰਦੀਆਂ ਨੇ ਇਹ ਗੱਲਾਂ ਇਹ ਚੀਜ਼ੇ ਤਾਂ ਹੁਣ ਆਪਣੇ ਆਂ ਹੀ ਪਿੰਡ ਤੱਕ ਆ ਗੁਨਾਰੇ ਬਿਲਕੁਲ ਬਿਲਕੁਲ ਤੇ ਚੱਕਰ ਕੀ ਚੱਲਦਾ ਪਿਆ ਕਿ ਹੁਣ ਜੇ ਤੁਸੀਂ ਦੇਖੋਗੇ ਅੱਜ ਤੋਂ 3-4 ਸਾਲ ਪਹਿਲਾਂ ਯੂਕੇ ਜਾਣ ਵਾਲੇ ਵਿਦਿਆਰਥੀਆਂ ਦੀ ਜਿਹੜੀ ਤਾਦਾਦ ਸੀ ਉਹ 20-50 ਹਜ਼ਾਰ ਸੀ ਐਤਕੀ 23 ਜਿਹੜੀ ਮਾਰਚ 31 ਮਾਰਚ 23 ਦੀ ਇਹ 31 ਮਾਰਚ ਤੀਕ ਉਹ ਉੱਥੇ 2 ਲੱਖ ਤੋਂ ਗਿਣਤੀ ਟੱਪ ਗਈ ਆ ਐਪ੍ਰੋਕਸੀਮੇਟਲੀ ਇਹਦੇ ਚ 80% ਪੰਜਾਬੀ ਨੇ ਤੇ ਕਮਾਲ ਦੀ ਗੱਲ ਹੈ ਕਿ 85% ਮੈਰਿਡ ਨੇ ਜੋੜੇ ਜਾਂਦੇ ਆ ਤਾਂ ਇਸ ਕਰਕੇ ਉਹਨਾਂ ਨੇ ਦੇਖਿਆ ਕਿ ਪੜ੍ਹਾਈ ਲਿਖਾਈ ਤਾਂ ਬਈ ਕੁਝ ਕੁ ਬੰਦਿਆਂ ਦਾ ਗੋਲ ਹੈ ਅਸਲ 'ਚ ਹਰੇਕ ਦਾ ਟੀਚਾ ਇਹੋ ਆ ਕਿ ਯੂਕੇ 'ਚ ਵੜਿਆ ਜਾਵੇ। ਇੱਕ ਤਾਂ ਤੁਹਾਨੂੰ ਪਤਾ ਨਾ ਯੂਕੇ ਦਾ ਵੀਜ਼ਾ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਚੀਜ਼ ਹੈ। ਤਾਂ ਇਸ ਕਰਕੇ ਹੁਣ ਉਹਨਾਂ ਨੇ ਆਪਣੀ ਜਿਹੜੀ ਪਾਲਿਸੀ ਆ ਉਹ ਬਦਲ ਦਿੱਤੀ ਹੈ। ਜੀ। ਤਾਂ ਜਿਹਦੇ 'ਚ ਹੁਣ ਇਹ ਆ ਕਿ ਜਿਹੜੇ ਗਏ ਆ ਸੋ ਗਏ ਆ ਸਤੰਬਰ ਵਾਲਿਆਂ ਨੂੰ ਵੀ ਕੋਈ ਅਸਰ ਨਹੀਂ ਪੈਣਾ। ਮਰ ਜਨਵਰੀ ਤੋਂ ਬਾਅਦ ਉਹਨਾਂ ਨੇ ਫਾਟਕ ਬੰਦ ਕਰ ਦਿੱਤਾ ਹੈ। ਅਲਾਨੀਆਂ। ਅੱਛਾ ਉਹ ਤੋਂ ਦੀ ਜਿਹੜੀ ਵਿਦੇਸ਼ ਮੰਤਰੀ ਹੈ ਬੀਬੀ ਉਹ ਵੀ ਭਾਰਤੀ ਮੂਲ ਦੀ ਆ ਉਦਾਂ। ਜੀ। ਪ੍ਰਧਾਨ ਮੰਤਰੀ ਵੀ ਭਾਰਤੀ ਮੂਲ ਦਾ। ਇਸ ਕਰਕੇ ਉਹ ਸਮਝਦੇ ਆ ਕਿ ਭਾਈ ਜੇ ਅਸੀਂ ਫ੍ਰੀ ਟ੍ਰੇਡ ਐਗਰੀਮੈਂਟ ਦੇ ਵਿੱਚ ਵੀ, ਐਫਟੀਏ ਦੇ ਵਿੱਚ ਵੀ ਜੇ ਆਹ ਚੀਜ਼ ਰੱਖ ਬੈਠੇ ਨਾ ਕਿਤੇ ਭਾਰਤ ਦੀ ਵਸੂ ਹੋਰ ਹੈ, ਯੂਕੇ ਦੀ ਵਸੂ ਹੋ ਰਹੀ ਆ ਇਧਰੋਂ ਮਾਈਗ੍ਰੇਸ਼ਨ। ਨਾ ਮਾਤਰ ਉਧਰੋਂ ਬਹੁਤ ਜ਼ਿਆਦਾ ਤੇ ਫਿਰ ਅਸੀਂ ਕਸੂਤੇ ਫਸ ਜਾਾਂਗੇ ਤਾਂ ਮੈਨੂੰ ਇਹ ਲੱਗਦਾ ਕਿ ਐਫਟੀਏ ਦੇ ਵਿੱਚ ਵੀ ਇਹ ਚੀਜ਼ ਜਿਹੜੀ ਹੈ ਨਾ ਜਿਵੇਂ ਹੁਣ ਆਸਟ੍ਰੇਲੀਆ ਦੇ ਨਾਲ ਕੱਲ ਇਹਨਾਂ ਨੇ ਇੱਕ ਐਗਰੀਮੈਂਟ ਕੀਤਾ ਹੈ ਜੀ ਵੈਸੇ ਉੱਥੇ ਵੀ ਮੈਨੂੰ ਲੱਗਦਾ ਦੋ ਯੂਨੀਵਰਸਟੀਆਂ ਨੇ ਹੋਰਾਂ ਨੇ ਇਹ ਕਹਿ ਦਿੱਤਾ ਕਿ ਪੰਜਾਬ ਹੋਵੇ ਉੱਤਰਾਖੰਡ ਹੋਵੇ ਯੂਪ ਹੋਵੇ ਜੀ ਜੀਐਨਕੇ ਹੋਵੇ ਇਹਨਾਂ ਦੇ ਵਿਦਿਆਰਥੀਆਂ ਨੂੰ ਅਸੀਂ ਦਾਖਲਾ ਨਹੀਂ ਦੇਣਾ ਜੀ ਤਾਂ ਇਸਰਾ ਹੈ ਕਿ ਮੰਨ ਲਓ ਹੁਣ ਜਿਵੇਂ ਆਸਟ੍ਰੇਲੀਆ ਦੇ ਨਾਲ ਖੁੱਲੇ ਰੂਪ ਦੇ ਵਿੱਚ ਆਵਾਜ਼ਾਂ ਹੀ ਵੱਧ ਜਾਏਗੀ ਤਾਂ ਜੇ ਮੰਨ ਲਓ ਯੂਕੇ ਨਾਲ ਐਫਟੀਏ ਹੁੰਦਾ ਵੀ ਆ ਫ੍ਰੀ ਟ੍ਰੇਡ ਐਗਰੀਮੈਂਟ ਖੁੱਲਾ ਵਪਾਰ ਸਮਝੌਤਾ ਜੇ ਹੁੰਦਾ ਵੀ ਆ ਤਾਂ ਉਹਦੇ 'ਚ ਵੀ ਮੈਨੂੰ ਨਹੀਂ ਲੱਗਦਾ ਕਿ ਕੋਈ ਵੱਡੀ ਰਿਆਇਤ ਜਿਹੜੀ ਆ ਉਹ ਮਿਲ ਜਾਊਗੀ ਇਸ ਵਾਰ ਦੇ 'ਚ ਜੀ ਜੀ ਮੇਰਾ ਇਹੀ ਮੰਨਣਾ ਜਿੰਨੀਆਂ ਕੋ ਇਹ ਚ ਪਰਸਤਿਤੀਆਂ ਸਮਝ ਦੇ ਵਿੱਚ ਪੈਂਦੀਆਂ ਨੇ ਜੀ ਜੀ ਬਿਲਕੁਲ ਬਿਲਕੁਲ ਜੀ ਤੇ ਇਧਰੋਂ ਜਰਾ ਕਮੈਂਟਾਂ ਤੇ ਇੱਕ ਵਾਰੀ ਆਪਾਂ ਬ੍ਰੇਕ ਲਈਏ ਜੀ ਪਰ ਗੱਲ ਇਹ ਆਪਣੀ ਆਡੀਅנס ਬੜੀ ਕਮਾਲ ਦੀ ਆ ਇਹ ਟੈਕਨੀਕਲ ਟੀਮ ਆਂਗੀ ਕੰਮ ਕਰਦੀ ਇਹ ਕਹਿੰਦੇ ਬਾਈ ਜੀ ਅੱਗੇ ਚਲੋ ਟਾਈਮ ਬਹੁਤ ਨਿਕਲ ਗਿਆ ਗਾ ਹਾਂਜੀ ਹਾਂਜੀ ਨਾਲ ਦੀਨ ਆਪ ਨੂੰ ਯਾਰ ਕਰਾਉਂਦੇ ਰਹਿੰਦੇ ਆ ਕਿ ਬਾਈ ਖਬਰਾਂ ਕਾਫੀ ਬੰਨੋ ਪਤਾ ਵੀ ਜੇ ਕਿਤੇ ਇੱਕ ਥਾਂ ਤੇ ਗਰਾਰੀ ਫਸ ਗਈ ਤੇ ਫਿਰ ਗਾਂ ਹਾਂਜੀ ਗਾਂ ਦੀਆਂ ਗੱਲਾਂ ਤੇ ਉਹ ਨਾਲ ਦੀ ਨਾਲ ਹੀ ਕਮੈਂਟਾਂ ਦੇ ਵਿੱਚ ਹੀ ਲਾਲ ਬੱਤੀਆਂ ਜਗਾ ਦਿੰਦੇ ਆ ਕਿ ਬਾਈ ਅੱਗੇ ਬਿਲਕੁਲ ਸਿਗਨਲ ਠੀਕ ਆ ਕਿ ਬਾਈ ਇੱਥੋਂ ਹੁਣ ਬੰਦ ਕਰੋ ਅੱਗੇ ਚਲੋ ਜੀ ਜੀ ਬਿਲਕੁਲ ਬਿਲਕੁਲ